ਗੱਬਰੂ ਦੇਸ਼ ਪੰਜਾਬ ਦਾ ਮੈਨੂੰ ਮਾਂ ਬੋਲੀ ਤੇ ਮਾਨ ਇੱਥੇ ਚੜ ਚੜਾਏ ਬੜੇ ਧਾਲ ਵੀ ਅਸੀਂ ਡੱਕ ਦਈਏ ਤੂਫਾਨ ਅਸੀਂ ਡੱਕ ਦਈਏ ਤੂਫਾਨ ਪੂਰੀ ਦੁਨੀਆ ਚ ਬਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਵਾਲੇਕੁਮ ਕੜੀ ਨਾਲ ਕੜੀ ਜੁੜੀ ਐ ਤੇ ਗੱਲ ਇੱਕ ਵਾਰੀ ਫੇਰ ਪੰਜਾਬੀ ਮਾਂ ਬੋਲੀ ਦੀ ਤਰੀ ਹੈ 16 ਤਰੀਕ ਨੂੰ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲਾਜ਼ਮੀ ਵਿਸ਼ੇ ਰੂਪ ਤੇ ਪੜਾਉਣ ਦੇ ਲਈ ਸਕੂਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ ਫੈਸਲਾਬਾਦ ਲਾਹੌਰ ਸਮੁੱਚੇ ਪੰਜਾਬ ਦੇ ਵਿੱਚ ਮੈਂ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਪੰਜਾਬੀਓ ਇਕੱਠੇ ਹੋ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੇ ਵਜੂਦ ਨੂੰ ਬਚਾਉਣ ਲਈ ਆਪਣੀ ਪਛਾਣ ਨੂੰ ਬਚਾਉਣ ਲਈ ਉਸ ਰੋਸ ਮੁਜ਼ਾਰੇ ਦਾ ਹਿੱਸਾ ਬਣੀਏ ਤੇ ਸਰਕਾਰਾਂ ਦੇ ਉੱਤੇ ਦਬਾਅ ਬਣਾਈਏ ਕਿ ਪੰਜਾਬੀ ਮਾਂ ਬੋਲੀ ਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਵਿਸ਼ੇ ਰ ਤੌਰ ਤੇ ਪੜਾਇਆ ਜਾਣਾ ਚਾਹੀਦਾ ਹੈ ਲੈਂਦੇ ਪੰਜਾਬ ਦੇ ਪੰਜਾਬੀਓ ਜਿਸ ਤਰ੍ਹਾਂ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਹਿੰਦੀ ਤੇ ਅੰਗਰੇਜ਼ੀ ਨੇ ਗਲਬਾ ਪਾ ਲਿਆ ਲੈਂਦੇ ਪੰਜਾਬ ਦੇ ਵਿੱਚ ਉਰਦੂ ਤੇ ਅੰਗਰੇਜ਼ੀ ਨੇ ਗਲਬਾ ਪਾ ਲਿਆ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਜ਼ੁਬਾਨ ਨਾ ਪੜੋ ਕੋਈ ਜ਼ੁਬਾਨ ਨਾ ਸਿੱਖੋ ਸਾਰੀਆਂ ਜ਼ੁਬਾਨਾਂ ਪੜੋ ਲਿਖੋ ਸਿੱਖੋ ਸਤਕਾਰ ਕਰੋ ਪਰ ਆਪਣੀ ਮਾਂ ਬੋਲੀ ਦੀ ਕਰਵਾਨੀ ਨਾ ਦਿਓ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਹੈ ਕਿ ਜੇ ਸਾਡੀ ਮਾਂ ਬੋਲੀ ਮਰ ਗਈ ਸਮਝ ਲਓ ਸਾਡਾ ਦੁਨੀਆ ਤੇ ਨਾਮੋ ਨਿਸ਼ਾਨ ਮਿਟ ਜਾਣਾ ਸਾਡਾ ਵजूद ਮਿਟ ਜਾਣਾ ਸਾਡੀ ਹੋਂਦ ਸਾਡੀ ਹਸਤੀ ਨੇ ਖਤਮ ਹੋ ਜਾਣਾ ਇਸੇ ਕਰਕੇ ਬਹੁਤ ਜ਼ਰੂਰੀ ਹੈ ਦੁਨੀਆਂ ਦੀ ਹਰ ਸ਼ੈ ਦੁਨੀਆਂ ਦੀ ਹਰ ਚੀਜ਼ ਪ੍ਰਾਪਤ ਕਰ ਲਓਗੇ ਦੁਨੀਆਂ ਦੀ ਦੀਨ ਦੌਲਤ ਇਕੱਠੀ ਕਰ ਲਓਗੇ ਪਰ ਜੇ ਇੱਕ ਵਾਰੀ ਸਾਡੇ ਕੋਲੋਂ ਸਾਡੀ ਮਾਂ ਬੋਲੀ ਪੰਜਾਬੀ ਚਲੀ ਗਈ ਸਾਡੇ ਬੱਚੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀ ਮਾਂ ਬੋਲੀ ਤੋਂ ਬੇਮੱਖ ਹੋ ਗਈਆਂ ਤਾਂ ਦੀਨ ਦੁਨੀਆਂ ਦੀ ਦੌਲਤ ਦੇ ਨਾਲ ਵੀ ਅਸੀਂ ਇਹ ਆਪਣੀ ਮਾਂ ਬੋਲੀ ਦੁਬਾਰਾ ਹਾਸਲ ਨਹੀਂ ਕਰ ਸਕਦੇ ਸੋ ਇਸ ਕਰਕੇ ਆਓ ਪੰਜਾਬੀਓ 16 ਤਰੀਕ ਨੂੰ ਵੱਡੇ ਪੱਦਰ ਦੇ ਉੱਤੇ ਇਕੱਠ ਕੀਤੇ ਜਾ ਰਹੇ ਨੇ ਤੇ ਇੱਕ ਮਾਂ ਬੋਲੀ ਅੱਜ ਆਪਣੇ ਬੱਚਾ ਨੂੰ ਪੁਕਾਰਦੀ ਐ ਕਿ ਆਓ ਮੇਰੇ ਪੁੱਤਰੋ ਉੱਠ ਕੇ ਮੈਨੂੰ ਬਚਾਓ ਇਹਨਾਂ ਹਮਲਾਵਰਾਂ ਨੇ ਬੜੀਆਂ ਸ਼ਾਦਸ਼ਾਹ ਰਚੀਆਂ ਨੇ ਮੇਰੇ ਖਿਲਾਫ ਬੜੀਆਂ ਚਾਲਾਂ ਚੱਲੀਆਂ ਨੇ ਪੰਜਾਬੀਆਂ ਦੀ ਹੋਂਦ ਅਸਤੀ ਨੂੰ ਮਟਾਉਣ ਦੇ ਲਈ ਇੱਕ ਮਾਂ ਕੀ ਫਰਿਆਦ ਕਰਦੀ ਆ ਆਪਣੇ ਬੱਚਿਆਂ ਦੇ ਅੱਗੇ ਸੁਣਿਓ ਯਾਰਾ ਧਿਆਨ ਦੇ ਨਾਲ ਆਬ ਆਬ ਕਰ ਮੋਇਓ ਬੱਚਿਆ ਆਬ ਆਬ ਕਰ ਮੋਇਓ ਬੱਚਿਆ ਹਿੰਦੀ ਉਰਦੂ ਅਰਬੀ ਫਾਰਸੀਆਂ ਕਰ ਗਾਲੇ ਜੇ ਜਾਣਾ ਪੁੱਤ ਪਾਣੀ ਮੰਗਦਾ ਭਰ ਭਰ ਦਿੰਦੀ ਪਿਆਲੇ ਜੇ ਜਾਣਾ ਪੁੱਤ ਪਾਣੀ ਮੰਗਦਾ ਭਰ ਭਰ ਦਿੰਦੀ ਪਿਆਲੇ ਇੱਕ ਮਾਂ ਦੀ ਫਰਿਆਦ ਹੈ ਪੰਜਾਬੀਓ ਜੇ ਅਸੀਂ ਪੰਜਾਬੀ ਮਾਂ ਬੋਲੀ ਆਪਣੀ ਮਾਂ ਮਾਰ ਲਈ ਪੰਜਾਬੀ ਸੂਰਮੇ ਪੰਜਾਬੀ ਯੋਧੇ ਪੰਜਾਬੀ ਲੋਕ ਜੰਮਣੋਂ ਹਟ ਜਾਣੇ ਆ ਪੈਦਾ ਹੋਣੋਂ ਹਟ ਜਾਣੇ ਆ ਸਵਾਓ 16 ਤਰੀਕ ਹੈ ਕੋਈ ਵੀ ਲਹਿੰਦੇ ਪੰਜਾਬ ਦਾ ਮੇਰਾ ਭਰਾ ਘਰੇ ਨਾ ਬਹਿ ਜਾਏ ਉਸ ਦਿਨ ਜਿੰਨੇ ਵੀ ਸਾਡੇ ਜ਼ਰੂਰੀ ਕੰਮ ਕਰਨੇ ਸਾਰੇ ਕਮਾਂਕਰਨ ਨੂੰ ਛੱਡ ਕੇ ਸਭ ਤੋਂ ਪਹਿਲਾਂ ਤਰਜੀਹ ਦੇਣੀ ਆਪਣੀ ਮਾਂ ਬੋਲੀ ਲਈ ਕਿ ਸੰਘਰਸ਼ ਦੇ ਵਿੱਚ ਸ਼ਾਮਲ ਹੋ ਪੰਜਾਬੀ ਮਾਂ ਬੋਲੀ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਸਾਡਾ ਭਾਈਚਾਰਾ ਸਾਡਾ ਇੱਕਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ